ਕੱਲ੍ਹ ਤੋਂ ਝੋਨੇ ਦੀ ਖਰੀਦ ਕਹਿੰਦੀ ਸ਼ੁਰੂ ਹੋ ਜਾਵੇਗੀ। ਅੱਜ ਆੜ੍ਹਤੀਆਂ ਦੀ ਮੁਲਾਕਾਤ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਨਾਲ ਤੇ ਮੀਟਿੰਗ 'ਚ ਸਹਿਮਤੀ ਬਣਨ ਤੋਂ ਬਾਅਦ ਆੜ੍ਹਤੀਆਂ ਦਾ ਕਹਿਣਾ ਹੈ ਅਸੀਂ ਆਪਣੀ ਹੜਤਾਲ ਖਤਮ ਕਰ ਦੇਵਾਂਗੇ। ਆਖਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਸ਼ੈਲਰ ਮਾਲਕਾਂ ਦੇ ਨਾਲ, ਚੌਲ ਮਿੱਲ ਮਾਲਕਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਵੀ ਮੰਨਣ ਦਾ ਭਰੋਸਾ। ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ, ਭਾਰਤੀ ਖੁਰਾਕ ਨਿਗਮ ਨਿਯਮ ਉਹਦੇ ਨੇ, ਹਰਿਆਣੇ 'ਚ ਹੋਰ ਨੇ, ਪੰਜਾਬ 'ਚ ਹੋਰ ਨੇ। ਕੀ ਗੱਲ, ਪੰਜਾਬ ਦਾ ਜਿਹੜਾ ਝੋਨਾ ਹੈ ਉਹ ਹਲਕਾ ਕੁਛ ਜਿਹੜਾ ਹਰਿਆਣੇ 'ਚ ਭਾਰਾ, ਅਤੇ ਤੁਸੀਂ ਉੱਥੇ ਕਮਿਸ਼ਨ ਆੜ੍ਹਤੀਆਂ ਦੀ ਵੱਧ ਦੇ ਰਹੇ ਹੋ। ਉਹ ਕਹਿੰਦੇ ਕਿ FCI ਨਾਲ ਕਾਨੂੰਨੀ ਲੜਾਈ ਦੀ ਤਿਆਰੀ ਕਰਨੀ ਹੈ। EPF ਦੇ 50 ਕਰੋੜ ਰੁਪਏ ਦਾ ਬਕਾਇਆ ਪਿਆ, ਇਹੀ ਹੱਲ ਲੇਬਰ ਦਾ। ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਸਭ ਠੀਕ ਹੈ ਜੀ, ਜਿਹੜੀ ਜਗ੍ਹਾ ਦੇ ਉੱਤੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਤੇ ਸਾਰੇ ਪੰਗੇ ਉੱਥੇ ਹੀ ਪੈਂਦੇ ਜਾ। ਕੁਝ ਹੀ ਸਮੇਂ ਪਹਿਲਾਂ ਪੰਜਾਬ ਨੂੰ ਨਵੇਂ ਕੈਬਨਿਟ ਮੰਤਰੀ ਮਿਲੇ ਨੇ ਤੇ ਹੁਣ ਇਹਨਾਂ ਨਵੇਂ ਕੈਬਨਿਟ ਮੰਤਰੀਆਂ ਦੇ ਨਾਲ ਕੱਲ ਨੂੰ ਇੱਕ ਕੈਬਨਿਟ ਮੀਟਿੰਗ ਰੱਖੀ ਗਈ ਹੈ। ਜਲੰਧਰ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ, ਸੋ 1 ਵਜੇ ਮੀਟਿੰਗ ਦਾ ਸਮਾਂ ਦੱਸਿਆ ਜਾ ਰਿਹਾ। ਪਿਛਲੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਕਿ ਮੁੱਖ ਮੰਤਰੀ ਨੇ ਬੰਗਲਾ ਇੱਕ ਜਲੰਧਰ ਦੇ ਵਿੱਚ ਤਿਆਰ ਤਾਂ ਕਰ ਲਿਆ ਤੇ ਰਹੇ ਕਦੇ ਹੈ ਹੋ ਨਹੀਂ। ਪਹਿਲਾਂ ਜਦੋਂ ਕੀਤੀ ਸੀ ਡੀਜ਼ਲ ਪੈਟਰੋਲ ਤੇ ਬੈਟ ਵਧਾਤਾ ਸੀ, ਕਿਤੇ ਕੱਲ ਨੂੰ ਤਾਂ ਨਹੀਂ ਕੁਝ ਹੋਰ ਕਰਨ ਲੱਗੇ। ਸਰਪੰਚਾਂ ਅਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਧੱਕੇ ਦੇ ਨਾਲ ਰੱਦ ਕਰ ਦਿੱਤੇ ਗਏ ਨੇ। ਇਹ ਦੋਸ਼ ਲਗਾ ਕੇ ਹਾਈਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ। ਜਿਹੜਾ ਅਕਾਲੀ ਦਲ ਸੁਧਾਰ ਲੈ ਰਿਹਾ, ਉਹਨਾਂ ਦੇ ਜਿਹੜੇ ਕੋਆਰਡੀਨੇਟਰ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਈ ਘਰਾਚੋ ਪਿੰਡ ਤੋਂ ਉੱਥੇ ਮਾਮਲਾ ਵਾਪਰ ਗਿਆ। ਆ ਚੱਪੜਚਿੜੀ ਹੈ, ਉੱਥੇ ਆਪਣੀ ਪਾਰਟੀ ਦੇ ਛੱਡ ਕੇ ਬਾਕੀ ਸਾਰੇ ਰੱਦ ਕਰਤੇ। ਤਲਵੰਡੀ ਸਾਬੋ ਤੋਂ ਇਹਨਾਂ ਦੀ ਵਿਧਾਇਕ ਹੈ ਪ੍ਰੋਫੈਸਰ ਬਲਜਿੰਦਰ ਕੌਰ, ਉਹਨੇ ਆਪਦੇ ਰੱਖ ਕੇ ਬਾਕੀ ਸਾਰਿਆਂ ਦੇ ਰੱਦ ਕਰਾਤੇ। ਦੋਸ਼ ਲੱਗਦੇ ਆ ਇਹ ਅਕਾਲੀ ਦਲ ਹੈ। ਡਾਕਟਰ ਦਲਜੀਤ ਸਿੰਘ ਚੀਮਾ ਦੇ ਮੁਤਾਬਕ ਉਹ ਕਹਿੰਦੇ ਅਸੀਂ ਵੀ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਗਏ ਹਾਂ। ਸਭ ਤੋਂ ਵੱਡਾ ਮਾਮਲਾ ਨਾਮਜ਼ਦਗੀਆਂ ਰੱਦ ਤੱਕ, ਨਾਮਜ਼ਦਗੀਆਂ ਗਲਤ ਰੱਦ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈਇੰਦਰ ਕੌਰ, ਉਹਨਾਂ ਨੇ ਵੀ ਧੱਕੇਸ਼ਾਹੀ ਕਥਿਤ ਦੇ ਰੂਪ ਵਿੱਚ ਹਲਕਾ ਸਨੌਰ ਦੇ BDPO ਦਫ਼ਤਰ ਅੱਗੇ ਧਰਨਾ ਦਿੱਤਾ। ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਤਰਨ ਤਾਰਨ ਤੋਂ ਪੱਟੀ ਤੋਂ ਇੱਕ ਨੌਜਵਾਨ ਸ਼ਖਸ ਦੀ ਮੌਤ ਹੋ ਜਾਂਦੀ ਹੈ, ਗੋਲੀਆਂ ਮਾਰ ਕੇ ਉਸਨੂੰ ਕਤਲ ਕੀਤਾ ਜਾਂਦਾ ਹੈ। ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਨਵਾਂ ਚੁਣਿਆ ਸਰਪੰਚ ਸੀ। ਪਤਾ ਲੱਗਿਆ ਕਿ ਤਲਵੰਡੀ ਮੋਹਰ ਸਿੰਘ ਦਾ ਇਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਰਪੰਚ ਸੀ, ਇਹ ਆਮ ਆਦਮੀ ਪਾਰਟੀ ਦੇ ਧੜੇ ਨਾਲ ਸੀ। ਉਹ ਕਾਰ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ, ਪਿੰਡ ਠੱਕਰਪੁਰਾ ਦੇ ਨਜ਼ਦੀਕ 3 ਨੌਜਵਾਨ ਆਉਂਦੇ ਹੈ, ਇਹਦੀ ਕਾਰ 'ਤੇ ਅੰਨੇ ਵਾਹ ਗੋਲੀਆਂ ਚਲਾ ਦਿੰਦੇ ਹੈ, ਇਹਦੀ ਮੌਕੇ 'ਤੇ ਹੀ ਮੌਤ। ਉੱਧਰ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦਾ ਪਿੰਡ ਸਤੌਜ, ਉੱਥੇ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ, ਨਾ ਕੇਵਲ ਸਰਪੰਚ ਬਲਕਿ ਕਹਿੰਦੇ ਕਿ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਨੇ ਜੀ।
ਇੱਥੇ ਤਾਂ ਚਰਚਾ ਇਹ ਵੀ ਚੱਲਦੀ ਹੈ ਕਿ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮੰਤਰੀ ਅਸਤੀਫਾ ਨਹੀਂ ਸੀ ਦੇਣਾ ਚਾਹੁੰਦਾ ਜੀ, ਅਤੇ ਵੱਡੇ ਘਰ ਵਾਲਿਆਂ ਨੇ ਦੱਸਤਾ ਕਿ ਸ਼੍ਰੀਮਾਨ ਜੀ ਜਾਂ ਤਾਂ ਅਸਤੀਫਾ ਦੇ ਦਿਓ ਜਾਂ ਫਿਰ ਮਾਨਤਾਨ ਨਾਲ ਲੈ ਕੇ ਜਾਓ। ਸੁਖਬੀਰ ਸਿੰਘ ਬਾਦਲ ਵੀ ਇਸ ਕੰਮ 'ਤੇ ਲੱਗੇ ਪਏ ਨੇ। ਉੱਥੇ ਪਤਾ ਲੱਗਿਆ ਕਿ 4-5 ਔਰਤਾਂ ਖੜੀਆਂ ਨੇ। ਬਾਦਲ ਪਿੰਡ ਦੇ ਵਿੱਚ ਕਦੇ ਪਹਿਲੀ ਵਾਰ ਨਹੀਂ, ਇਹ ਕਈ ਵਾਰ ਚੋਣਾਂ ਹਾਰੇ ਵੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ ਅਤੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦਿਨ ਦੀਆਂ ਵੱਡੀਆਂ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ। ਇਹਨਾਂ ਖਬਰਾਂ ਦੇ ਉੱਤੇ ਤਫਸੀਲ ਦੇ ਨਾਲ ਜਾਣਕਾਰੀ ਦਿੰਦੇ ਨੇ ਸਾਡੇ ਮਾਹਰ, ਅਤੇ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਸਿਮਰਨ ਜੀ। ਜੀ ਢਿੱਲੋਂ ਸਾਹਿਬ, ਕੱਲ੍ਹ ਤੋਂ ਝੋਨੇ ਦੀ ਖਰੀਦ ਕਹਿੰਦੇ ਸ਼ੁਰੂ ਹੋ ਜਾਵੇਗੀ। ਅੱਜ ਆੜ੍ਹਤੀਆਂ ਦੀ ਮੁਲਾਕਾਤ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਨਾਲ, ਅਤੇ ਮੀਟਿੰਗ 'ਚ ਸਹਿਮਤੀ ਬਣਨ ਤੋਂ ਬਾਅਦ ਆੜ੍ਹਤੀਆਂ ਦਾ ਕਹਿਣਾ ਅਸੀਂ ਆਪਣੀ ਹੜਤਾਲ ਖਤਮ ਕਰ ਦੇਵਾਂਗੇ। ਜੀ ਦੇਖੋ, ਜਿਹੜੇ ਆੜ੍ਹਤੀ ਐਸੋਸੀਏਸ਼ਨ ਦੇ ਵੱਡੇ ਆਗੂ ਨੇ, ਵਿਜੇ ਕਾਲੜਾ, ਇਹ ਇੱਕ ਧੜਾ ਹੈ। ਦੂਜੇ ਧੜੇ ਦੇ ਵਿੱਚ ਨੇ ਰਵਿੰਦਰ ਸਿੰਘ ਚੀਮਾ ਅਤੇ ਦੂਜੇ ਬਾਵਾ ਚਿਰ ਤੋਂ ਕਾਫੀ ਰਿੜਕਾ ਪਿਆ ਹੋਇਆ ਸੀ। ਆਖਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਸ਼ੈਲਰ ਮਾਲਕਾਂ ਦੇ ਨਾਲ, ਚੌਲ ਮਿੱਲ ਮਾਲਕਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਵੀ ਮੰਨਣ ਦਾ ਭਰੋਸਾ ਦਿੱਤਾ। ਹੁਣ ਉਹਨਾਂ ਨੇ ਇਹਨਾਂ ਜਿਹੜੇ ਆੜ੍ਹਤੀਏ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਮੰਗਾਂ ਸੁਣੀਆਂ। ਮੈਂ ਵਿਜੇ ਕਾਲੜਾ ਹੋਰਾਂ ਨੂੰ ਸੁਣ ਰਿਹਾ ਸੀ ਕਿ ਕਹਿੰਦੇ ਸਾਡੀ ਮੀਟਿੰਗ ਬਹੁਤ ਚੰਗੇ ਮਾਹੌਲ 'ਚ ਹੋਈ ਹੈ। ਇਹਨਾਂ ਦੀ ਮੁੱਖ ਮੰਗ ਸੀ ਹਰਸਿਮਰਨ ਕਿ ਜਿਹੜਾ ਸਾਡਾ ਕਮਿਸ਼ਨ ਹੈ ਉਹ 2.5% ਕੀਤਾ ਜਾਵੇ। ਹਰਿਆਣੇ ਦੇ ਵਿੱਚ 2.5% ਹੈ ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ, ਭਾਰਤੀ ਖੁਰਾਕ ਨਿਗਮ ਨਿਯਮ ਉਹਦੇ ਨੇ। ਹਰਿਆਣੇ 'ਚ ਹੋਰ ਨੇ, ਪੰਜਾਬ 'ਚ ਹੋਰ ਨੇ। ਕੀ ਗੱਲ, ਪੰਜਾਬ ਦਾ ਜਿਹੜਾ ਝੋਨਾ ਹੈ ਉਹ ਹਲਕਾ ਕੁਛ, ਜਿਹੜਾ ਹਰਿਆਣੇ 'ਚ ਭਾਰਾ, ਅਤੇ ਤੁਸੀਂ ਉੱਥੇ ਕਮਿਸ਼ਨ ਆੜ੍ਹਤੀਆਂ ਦੀ ਵੱਧ ਦੇ ਰਹੇ ਹੋ। ਇੱਥੇ 2% ਹੈ, ਕਹਿੰਦੇ ਉੱਥੇ ਸੀਗੀ 2.5%। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਸੰਬੰਧ ਦੇ ਵਿੱਚ ਸਾਡੇ ਅਧਿਕਾਰੀ ਫੂਡ ਕਾਰਪੋਰੇਸ਼ਨ ਇੰਡੀਆ ਦੇ ਨਾਲ ਗੱਲ ਕਰਨਗੇ, ਭਾਰਤੀ ਖੁਰਾਕ ਨਿਗਮ ਦੇ ਨਾਲ ਗੱਲ ਕਰਨਗੇ, ਅਤੇ ਫਿਰ ਉਦੋਂ ਬਾਅਦ ਆਪਾਂ ਇਹ ਮਸਲਾ ਹੱਲ ਕਰ ਲਾਂਗੇ। ਕਿਉਂਕਿ ਉਹ ਕਹਿੰਦੇ ਕਿ FCI ਨਾਲ ਕਾਨੂੰਨੀ ਲੜਾਈ ਦੀ ਤਿਆਰੀ ਕਰਨੀ ਹੈ। EPF ਦੇ 50 ਕਰੋੜ ਰੁਪਏ ਦਾ ਬਕਾਇਆ ਪਿਆ, ਇਹੀ ਹੱਲ ਲੇਬਰ ਦਾ ਹੈ ਕਿ ਉੱਥੇ ਲੇਬਰ ਜ਼ਿਆਦਾ ਮਿਲਦੀ ਹੈ ਹਰਿਆਣੇ 'ਚ, ਪੰਜਾਬ ਵਿੱਚ ਘੱਟ ਮਿਲਦੀ ਹੈ। ਇਹ ਹੁਣ ਤੱਕ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਿਛਲੇ 10 ਸਾਲ ਤੋਂ, ਇਹ ਨਹੀਂ ਪਤਾ ਕਿ ਹੁਣ ਉਹ 11ਵੇਂ ਸਾਲ 'ਚ ਵੀ ਚੱਲੇਗੀ ਜਾਂ ਕੱਲ੍ਹ ਕੀ ਹੋਣਾ, ਇਹ ਤਾਂ ਸਮਾਂ ਦੱਸੇਗਾ। ਪਰ ਭਾਰਤੀ ਖੁਰਾਕ ਨਿਗਮ ਵਾਸਤੇ ਸਾਰੇ ਰਾਜ ਇੱਕੋ ਜਿਹੇ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹ ਹੋਇਆ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਸਭ ਠੀਕ ਹੈ ਜੀ,
ਜਿਹੜੀ ਜਗ੍ਹਾ ਦੇ ਉੱਤੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਇਹ ਸਾਰੇ ਪੰਗੇ ਉੱਥੇ ਹੀ ਪੈਂਦੇ ਆ ਜਾ ਕੇ। ਸੋ ਆਪਾਂ ਕਹਿ ਸਕਦੇ ਹਾਂ ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਇਕਸਾਰਤਾ ਲਿਆਉਣੀ ਚਾਹੀਦੀ ਹੈ। ਤਾਂ 192 ਕਰੋੜ ਰੁਪਏ ਨੇ ਜਿਹੜੇ ਕਮਿਸ਼ਨ ਫੀਸ ਵੱਲੋਂ ਰੱਖੇ ਗਏ ਨੇ, ਮਜ਼ਦੂਰਾਂ ਦੀ ਦਿਹਾੜੀ ਆਪਾਂ ਗੱਲ ਕਰ ਲਈ। ਸੋ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਮੰਗਾਂ ਹੱਲ ਕੀਤਾ ਜਾਵੇਗਾ, ਜੇ ਕੋਈ ਰਹਿ ਗਿਆ ਤਾਂ ਅਸੀਂ ਕੇਂਦਰ ਸਰਕਾਰ ਦੇ ਨਾਲ ਮਾਮਲੇ ਨੂੰ ਉਠਾਵਾਂਗੇ। ਅਸੀਂ ਆੜਤੀਆਂ ਦੇ ਸ਼ੈਲਰ ਵਾਲਿਆਂ ਦੇ ਨਾਲ ਹੈ ਅਤੇ ਇਹ ਮਸਲਿਆਂ ਦਾ ਹੱਲ ਕੱਢਣ ਤੱਕ ਜਾਵਾਂਗੇ ਜੀ। ਢਿੱਲੋਂ ਸਾਹਿਬ, ਕੁਝ ਹੀ ਸਮੇਂ ਪਹਿਲਾਂ ਪੰਜਾਬ ਨੂੰ ਨਵੇਂ ਕੈਬਨਿਟ ਮੰਤਰੀ ਮਿਲੇ ਨੇ ਅਤੇ ਹੁਣ ਇਹਨਾਂ ਨਵੇਂ ਕੈਬਨਿਟ ਮੰਤਰੀਆਂ ਦੇ ਨਾਲ ਕੱਲ੍ਹ ਨੂੰ ਇੱਕ ਕੈਬਨਿਟ ਮੀਟਿੰਗ ਰੱਖੀ ਗਈ ਹੈ, ਜਲੰਧਰ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਸੋ 1 ਵਜੇ ਮੀਟਿੰਗ ਦਾ ਸਮਾਂ ਦੱਸਿਆ ਜਾ ਰਿਹਾ ਜੀ। ਸਿਮਰਨ ਜੀ, ਜਿਹੜੇ ਨਵੇਂ ਮੰਤਰੀ ਆਏ ਨੇ 5, ਉਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਹੋਈ ਸੀ, ਉਦੋਂ ਬਾਅਦ ਹੋਈ ਨਹੀਂ ਜੀ। ਇਹ ਪਹਿਲੀ ਵਾਰ ਜਾ ਰਹੇ ਨੇ ਅਤੇ ਮੀਟਿੰਗ ਰੱਖਤੀ ਜਲੰਧਰ 'ਚ। ਪਿਛਲੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਕਿ ਮੁੱਖ ਮੰਤਰੀ ਨੇ ਬੰਗਲਾ ਇੱਕ ਜਲੰਧਰ ਦੇ ਵਿੱਚ ਤਿਆਰ ਤਾਂ ਕਰ ਲਿਆ ਅਤੇ ਰਹੇ ਕਦੇ ਹੈ ਹੂ ਨਹੀਂ ਜੀ। ਉਹ ਕਹਿੰਦੇ ਲਓ ਆਪਾਂ ਕੈਬਨਿਟ ਮੀਟਿੰਗ ਹੀ ਉੱਥੇ ਕਰ ਲੈਂਦੇ ਹਾਂ। ਜਿਹੜੇ ਇਹ 4-5 ਆਏ ਨੇ, ਇਹਨਾਂ ਦੀ ਇਹ ਪਹਿਲੀ ਕੈਬਨਿਟ ਮੀਟਿੰਗ ਹੈ, ਪਹਿਲੀ ਵਾਰ ਇਹ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਾ ਰਹੇ ਨੇ। ਉਹਦੇ ਵਿੱਚ ਇਹਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਇਹ ਲੰਬੇ ਸਮੇਂ ਤੋਂ ਬਾਅਦ ਪਹਿਲੀ ਮੀਟਿੰਗ ਹੈ ਜਿਹੜੀ ਦੂਰ ਚੰਡੀਗੜ੍ਹ ਤੋਂ ਜਲੰਧਰ ਰੱਖੀ ਗਈ ਹੈ। ਪਤਾ ਨਹੀਂ ਇਹ ਕਿਉਂ ਰੱਖੀ ਗਈ ਹੈ, ਇਹਦਾ ਜਵਾਬ ਤਾਂ ਮੁੱਖ ਮੰਤਰੀ ਦਫ਼ਤਰ ਦੇਵੇਗਾ। ਪਰ ਸਿਮਰਨ, ਦੂਜੇ ਪਾਸੇ ਜਾਣਾ, ਇਸ ਵੇਲੇ ਪੈੜੀ ਸੀਜ਼ਨ ਸਿਰ 'ਤੇ ਹੈ, ਮੁੱਖ ਸਕੱਤਰ ਦਾ ਸਾਰੇ ਡੀਸੀਆਂ ਨਾਲ ਤਾਲਮੇਲ 'ਚ ਰਹਿਣਾ ਬਹੁਤ ਜ਼ਰੂਰੀ ਹੈ ਜੀ। ਜਦੋਂ ਇਹਨਾਂ ਨੂੰ ਤੁਸੀਂ ਚੰਡੀਗੜ੍ਹ ਤੋਂ ਬਾਹਰ ਕੱਢ ਦਿਓਗੇ, ਤੁਹਾਡਾ ਕੰਮ ਪ੍ਰਭਾਵਿਤ ਹੋਵੇਗਾ। ਕਈ ਤਾਂ ਸਿਰਫ ਇਹ ਕੈਬਨਿਟ ਮੀਟਿੰਗ ਅਟੈਂਡ ਕਰਨ ਵਾਸਤੇ ਹੀ ਜਾਣਗੇ, ਉਦੋਂ ਬਾਅਦ ਫਿਰ ਚੰਡੀਗੜ੍ਹ ਆਉਣਗੇ। ਸਿਆਸੀ ਲੋਕ ਇਹ ਗੱਲ ਕਹਿੰਦੇ ਹੈ ਕਿ 2-2.5 ਘੰਟੇ ਜਾਣ, 2-2.5 ਘੰਟੇ ਆਉਣ, 5 ਘੰਟੇ ਤਾਂ ਇਸੇ ਕੰਮ 'ਚ ਹੀ ਲੰਘ ਜਾਣਗੇ ਅਤੇ ਬਿਹਤਰ ਇਹ ਹੈ ਕਿ ਔਰ ਮੁੱਖ ਮੰਤਰੀ ਨੇ ਜਾਣਾ ਚੌਪਰ 'ਤੇ ਜੀ। ਉਹ ਕਹਿੰਦੇ ਬਿਹਤਰ ਤਾਂ ਇਹ ਹੈ ਵੀ ਚੰਡੀਗੜ੍ਹ 'ਚ ਕੀਤੀ ਜਾਂਦੀ ਅਤੇ ਬਹੁਤਾ ਕੰਮ ਅਧਿਕਾਰੀ ਇਹਦੇ ਜਿਹੜਾ ਪੈੜੀ ਸੀਜ਼ਨ ਹੈ, ਝੋਨੇ ਦਾ ਸੀਜ਼ਨ ਹੈ, ਇਹਦੇ ਉੱਤੇ ਕੰਮ ਕਰਦੇ। ਔਰ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਜਦੋਂ ਕੀਤੀ ਸੀ ਡੀਜ਼ਲ ਪੈਟਰੋਲ 'ਤੇ ਵੈਟ ਵਧਾਤਾ ਸੀ, ਕਿਤੇ ਕੱਲ੍ਹ ਨੂੰ ਤਾਂ ਨਹੀਂ ਕੁਛ ਹੋਰ ਕਰਨ ਲੱਗੇ। ਔਰ ਇਹ ਚੀਜ਼ਾਂ ਦਾ ਖਮਿਆਜ਼ਾ ਆਮ ਤੌਰ 'ਤੇ ਚੋਣਾਂ 'ਚ ਭੁਗਤਣਾ ਪੈਂਦਾ ਹੈ। ਜਿਹੜੀ ਉਪ ਚੋਣ ਆ ਰਹੀਆਂ ਨੇ, ਹੋ ਸਕਦਾ ਇਹਨਾਂ ਨੂੰ ਇੱਕ ਵਿਆਜਾ ਭੁਗਤਣਾ ਪੈ ਜੇ ਜੀ। ਜੀ ਢਿੱਲੋਂ ਸਾਹਿਬ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਹੁਣ ਹਾਈਕੋਰਟ ਦਾ ਰੁੱਖ ਕਰ ਰਹੇ ਨੇ। ਜੋ ਵੀ ਸਰਪੰਚਾਂ ਅਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਧੱਕੇ ਦੇ ਨਾਲ ਰੱਦ ਕਰ ਦਿੱਤੇ ਗਏ ਨੇ, ਇਹ ਦੋਸ਼ ਲਗਾ ਕੇ ਹਾਈਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਨੇ ਜੀ। ਬਿਲਕੁਲ ਜੀ, ਜਿਹੜਾ ਅਕਾਲੀ ਦਲ ਸੁਧਾਰ ਲਹਿਰ ਹੈ, ਉਹਨਾਂ ਦੇ ਜਿਹੜੇ ਕੋਆਰਡੀਨੇਟਰ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਈ ਹੋਰ, ਹਰਿੰਦਰਪਾਲ ਚੰਦੂਮਾਜਰਾ ਸਾਬਕਾ ਵਿਧਾਇਕ ਨੇ ਹਲਕਾ ਸਨੌਰ ਦੇ,
ਉਹ ਕਹਿੰਦੇ ਕਿ ਬਿਨਾਂ ਕਾਰਨਾਂ ਤੋਂ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਹੈ ਕਈਆਂ ਦੇ ਰੱਦ ਕਰਤੇ, ਉਹਨਾਂ ਨੂੰ ਉੱਥੇ ਪਹੁੰਚਣ ਹੀ ਨਹੀਂ ਦਿੱਤਾ। ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜਾ ਹੈ। ਉਹਨਾਂ ਦੇ ਓਐਸਡੀ ਨੇ ਘਰਾਚੋ ਪਿੰਡ ਤੋਂ ਉੱਥੇ ਮਾਮਲਾ ਵਾਪਰ ਗਿਆ। ਆਹ ਚਪੜਚਿੜੀ ਹੈ, ਉੱਥੇ ਆਪਣੀ ਪਾਰਟੀ ਦੇ ਛੱਡ ਕੇ ਬਾਕੀ ਸਾਰੇ ਰੱਦ ਕਰਤੇ। ਤਲਵੰਡੀ ਸਾਬੋ ਤੋਂ ਇਹਨਾਂ ਦੀ ਵਿਧਾਇਕ ਹੈ ਪ੍ਰੋਫੈਸਰ ਬਲਜਿੰਦਰ ਕੌਰ, ਉਹਨੇ ਆਪਦੇ ਰੱਖ ਕੇ ਬਾਕੀ ਸਾਰਿਆਂ ਦੇ ਰੱਦ ਕਰਾਤੇ। ਦੋਸ਼ ਲੱਗਦੇ ਆ ਇਹ, ਅਤੇ ਜਿਹੜੇ ਲੋਕ ਹੁਣ ਹਾਈ ਕੋਰਟ ਵੱਲ ਰੁੱਖ ਕਰ ਰਹੇ ਨੇ ਤਾਂ ਹਾਈ ਕੋਰਟ ਸੁਣਵਾਈ ਕਰੇਗੀ ਜੀ। ਸੁਣਵਾਈ ਕਰਕੇ ਉਹਦੇ 'ਚੋਂ ਕੀ ਸੱਚਾਈ ਨਿਕਲਦੀ ਹੈ ਉਹਦੇ 'ਤੇ ਮੁਤਾਬਕ ਫੈਸਲਾ ਸੁਣਾਏਗੀ। ਇਹ ਜਿਹੜਾ ਅਕਾਲੀ ਦਲ ਹੈ, ਡਾਕਟਰ ਦਲਜੀਤ ਸਿੰਘ ਚੀਮਾ ਦੇ ਮੁਤਾਬਕ ਉਹ ਕਹਿੰਦੇ ਅਸੀਂ ਵੀ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਗਏ ਹਾਂ। ਸਭ ਤੋਂ ਵੱਡਾ ਮਾਮਲਾ ਨਾਮਜ਼ਦਗੀਆਂ ਰੱਦ ਤੱਕ, ਨਾਮਜ਼ਦਗੀਆਂ ਗਲਤ ਰੱਦ ਕੀਤੀਆਂ ਗਈਆਂ ਨੇ ਜੀ, ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਸੋ ਆਪਾਂ ਇਹ ਸਾਰੇ ਮਾਮਲੇ ਨੂੰ ਬੜੇ ਧਿਆਨ ਨਾਲ ਦੇਖ ਰਹੇ ਹਾਂ। ਸੋ ਚੰਗਾ ਹੈਗਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਨਾਂ ਹੁੰਦਾ। ਸ਼ਾਂਤੀ ਨਾਲ ਤੁਸੀਂ ਪਿੰਡਾਂ 'ਚ ਰਹਿਣਾ, ਆਪਸ ਵਿੱਚ ਦੀ ਰਹਿੰਦੇ ਹੋ, ਇਸ ਤਰ੍ਹਾਂ ਦੀਆਂ ਦੁਸ਼ਮਣੀਆਂ ਕਈ ਵਾਰ ਕਈ ਕਈ ਪੀੜ੍ਹੀਆਂ ਤੱਕ ਖਤਮ ਨਹੀਂ ਹੁੰਦੀਆਂ, ਇਹਨਾਂ ਤੋਂ ਬਚਣਾ ਚਾਹੀਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈਇੰਦਰ ਕੌਰ ਜੀ, ਉਹਨਾਂ ਨੇ ਵੀ ਧੱਕੇਸ਼ਾਹੀ ਕਥਿਤ ਦੇ ਰੂਪ ਵਿੱਚ ਹਲਕਾ ਸਨੌਰ ਦੇ BDPO ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾ ਦੇਣਾ ਲੋਕਤੰਤਰ ਦੇ ਵਿੱਚ ਇੱਕ ਕਿਸਮ ਦਾ ਹਰ ਬੰਦੇ ਨੂੰ ਹੱਕ ਹੈ ਜੀ, ਪਰ ਉਹ ਸ਼ਾਂਤੀਪੂਰਵਕ ਹੋਵੇ। ਸੋ ਹਾਕਮ ਧਿਰ ਦੇ ਖਿਲਾਫ ਸਾਰੀਆਂ ਹੀ ਵਿਰੋਧੀ ਧਿਰਾਂ ਵੱਡੇ ਪੱਧਰ ਦੇ ਉੱਤੇ ਇਹ ਧਰਨੇ ਮੁਜ਼ਾਹਰੇ ਅਤੇ ਹਾਈਕੋਰਟ ਦਾ ਦਰਵਾਜ਼ਾ ਖੜਕਾ ਰਹੀਆਂ ਨੇ ਜੀ। ਢਿੱਲੋਂ ਸਾਹਿਬ, ਅੱਜ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਤਰਨ ਤਾਰਨ ਤੋਂ ਪੱਟੀ ਤੋਂ ਇੱਕ ਨੌਜਵਾਨ ਸ਼ਖਸ ਦੀ ਮੌਤ ਹੋ ਜਾਂਦੀ ਹੈ, ਗੋਲੀਆਂ ਮਾਰ ਕੇ ਉਸਨੂੰ ਕਤਲ ਕੀਤਾ ਜਾਂਦਾ ਹੈ, ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਨਵਾਂ ਚੁਣਿਆ ਸਰਪੰਚ ਸੀ ਜੀ। ਇਹ ਨਾ ਤਰਨ ਤਾਰਨ ਦਾ ਇਲਾਕਾ ਹੈ, ਤਿੰਨ ਨੌਜਵਾਨਾਂ ਨੇ ਕਾਰ ਚਾਲਕ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਮੁੰਡੇ ਦਾ ਨਾਂ ਹੈ ਰਾਜਵਿੰਦਰ ਸਿੰਘ ਜੀ ਉਰਫ ਰਾਜ, ਤਲਵੰਡੀ। ਇਹਦੀ ਮੌਕੇ 'ਤੇ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਤਲਵੰਡੀ ਮੋਹਰ ਸਿੰਘ ਦਾ ਇਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਰਪੰਚ ਸੀ ਦੱਸਿਆ ਜਾਂਦਾ। ਇਹ ਆਮ ਆਦਮੀ ਪਾਰਟੀ ਦੇ ਧੜੇ ਨਾਲ ਸੀ। ਉਹ ਕਾਰ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ। ਪਿੰਡ ਠੱਕਰਪੁਰਾ ਦੇ ਨਜ਼ਦੀਕ ਤਿੰਨ ਨੌਜਵਾਨ ਆਉਂਦੇ ਹੈ, ਇਹਦੀ ਕਾਰ 'ਤੇ ਅੰਨੇ ਵਾਹ ਗੋਲੀਆਂ ਚਲਾ ਦਿੰਦੇ ਹੈ, ਇਹਦੀ ਮੌਕੇ 'ਤੇ ਹੀ ਮੌਤ ਹੋ ਗਈ ਜੀ। ਸੋ ਪੁਲਿਸ ਕਹਿ ਰਹੀ ਹੈ ਕਿ ਅਸੀਂ ਮਾਮਲਾ ਦਰਜ ਕਰ ਲਿਆ, ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਜਲਦ ਸ਼ਲਾਖਾ ਪਿੱਛੇ ਹੋਣਗੇ, ਪੜਤਾਲ ਇਹਦੀ ਕੀਤੀ ਜਾ ਰਹੀ ਹੈ। ਪੜਤਾਲ ਇਹ ਤਾਂ ਹੋਊਗੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ, ਇੱਥੇ ਤਾਂ SSB ਤੱਕ ਆ ਬੈਠਣਗੇ। ਸੋ ਇਹ ਆਪਣੇ ਆਪ ਦੇ ਵਿੱਚ ਮਾੜੀ ਗੱਲ ਹੈ, ਬਚਣਾ ਚਾਹੀਦਾ ਜਿੰਨਾ ਬਚ ਸਕੋ, ਜਾਂ ਸਰਕਾਰ ਸੋਧ ਵੇਲੇ ਲੈ ਆਵੇ, ਇਹਨਾਂ ਨੂੰ ਨਾਮਜ਼ਦ ਕਰ ਦਿਆ ਕਰੇ। ਅਤੇ ਪਤਾ ਹੀ ਹੈ ਵੀ ਜਿਹੜੀ ਸਰਕਾਰ ਆਊਗੀ ਉਹਦੇ ਹੀ ਬੰਨੇ ਨੇ,
ਤੇ ਦੂਜੇ ਐਵੇਂ ਨਾ ਆਪਦਾ ਪੈਸਾ ਖਰਾਬ ਕਰਨ ਜੀ, ਤੇ ਨਾ ਪਿੰਡ ਦੇ ਮਾਹੌਲ ਖਰਾਬ ਕਰਨ, ਤੇ ਨਾ ਹੀ ਇਸ ਤਰ੍ਹਾਂ ਦਾ ਹੌਲਾ ਗੁੱਲਾ ਹੋਵੇ ਜਿਹਦੇ ਨਾਲ ਆਪਸ ਵਿੱਚ ਦੀ ਪਿਆਰ ਮੁਹੱਬਤ ਘਟਦੀ ਹੋਵੇ। ਜੀ ਬਿਲਕੁਲ ਢਿੱਲੋਂ ਸਾਹਿਬ। ਅਤੇ ਉੱਧਰ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦਾ ਪਿੰਡ ਸਤੌਜ, ਉੱਥੇ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ, ਨਾ ਕੇਵਲ ਸਰਪੰਚ ਬਲਕਿ ਕਹਿੰਦੇ ਕਿ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਨੇ। ਜੀ ਦੇਖੋ, ਇਹ ਪਤਾ ਲੱਗਿਆ ਕਿ ਪਹਿਲਾਂ ਤਾਂ ਇਹ ਮਨਾ ਕਰਤਾ ਸੀ, ਮੁੱਖ ਮੰਤਰੀ ਸਾਹਿਬ ਨੇ ਕੋਈ ਸੁਨੇਹਾ ਭੇਜਿਆ ਸਿੱਧੇ ਰੂਪ ਦੇ ਵਿੱਚ, ਉਹ ਮੰਨ ਗਏ ਅਤੇ ਜਾਂ ਵੱਡੇ ਘਰੋਂ ਸੁਨੇਹਾ ਗਿਆ। ਇੱਥੇ ਤਾਂ ਚਰਚਾ ਇਹ ਵੀ ਚੱਲਦੀ ਹੈ ਕਿ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮੰਤਰੀ ਅਸਤੀਫਾ ਨਹੀਂ ਸੀ ਦੇਣਾ ਚਾਹੁੰਦਾ ਜੀ, ਅਤੇ ਵੱਡੇ ਘਰ ਵਾਲਿਆਂ ਨੇ ਦੱਸਤਾ ਕਿ ਸ਼੍ਰੀਮਾਨ ਜੀ ਜਾਂ ਤਾਂ ਅਸਤੀਫਾ ਦੇ ਦਿਓ ਜਾਂ ਫਿਰ ਮਾਨਤਾਨ ਨਾਲ ਲੈ ਕੇ ਜਾਵਾਂਗੇ ਜੀ, ਕਿਉਂਕਿ ਜੇ ਪੁਲਿਸ ਸਾਹਿਬ ਉਹ ਮਾਨਤਾਨ ਕਰਦੀ ਹੋਈ ਹੁੰਦੀ ਹੈ ਬੰਦੇ ਦਾ। ਸੋ ਕੱਲ੍ਹ ਤੱਕ ਤਾਂ ਇਹ ਨਾ ਵਾਚਕ ਸੀ, ਅੱਜ ਕਿਸੇ ਵੀ ਤਰੀਕੇ ਨਾਲ ਹੋਇਆ ਇਹਦਾ ਸੁਨੇਹਾ ਚੰਗਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਗਈ। ਉੱਧਰੋਂ ਸੁਖਵੀਰ ਸਿੰਘ ਬਾਦਲ ਵੀ ਇਸ ਕੰਮ 'ਤੇ ਲੱਗੇ ਪਏ ਨੇ, ਉੱਥੇ ਪਤਾ ਲੱਗਿਆ ਕਿ ਚਾਰ ਪੰਜ ਔਰਤਾਂ ਖੜੀਆਂ ਨੇ। ਬਾਦਲ ਪਿੰਡ ਦੇ ਵਿੱਚ ਕਦੇ ਪਹਿਲੀ ਵਾਰ ਨਹੀਂ, ਇਹ ਕਈ ਵਾਰ ਚੋਣਾਂ ਹਾਰੇ ਵੀ ਨੇ ਜੀ ਅਕਾਲੀ ਦਲ ਵਾਲੇ, ਕਿਉਂਕਿ ਉੱਥੇ ਮੇਨ ਟੱਕਰ ਜਿਹੜੀ ਆ ਆਪਸ ਵਿੱਚ ਦੀ ਕਾਂਗਰਸ ਦੇ ਅਕਾਲੀ ਦਲ ਦੀ ਹੈ ਜੀ, ਅਤੇ ਹੁਣ ਤਾਂ ਕਿਉਂਕਿ ਗੁਰਮੀਤ ਖੁੱਡੀਆਂ ਬਿਲਕੁਲ ਨਾਲ ਦੇ ਪਿੰਡ ਦੇ ਹੈ, ਇਸ ਕਰਕੇ ਉਹ ਇਨਸਾਨ ਬਹੁਤ ਸ਼ਰੀਫ ਹੈ, ਉਹ ਕਿਸੇ ਦੇ ਬਹੁਤ ਨਾ ਉਹ ਕਦੇ ਹੋਸ਼ੀ ਗੱਲ ਕਰਨ, ਪੁਰਾਣੇ ਜਾਣਦੇ ਆ ਉਹਨਾਂ ਨੂੰ, ਅਤੇ ਉਹਨਾਂ ਦਾ ਲੋਕਾਂ ਦੇ ਵਿੱਚ ਅਸਰ ਸੂਖ ਵੀ ਬਹੁਤ ਚੰਗਾ ਹੈ ਜੀ। ਸੋ ਚਾਰ ਮਦੀਨ ਮੈਦਾਨ 'ਚ ਸੀ, ਕਹਿੰਦੇ ਜੀ ਮੁੱਖ ਮੰਤਰੀ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਇਹ ਵਾਪਸ ਲੈ ਲਏ, ਜਾਂ ਜਿਵੇਂ ਵੀ ਲੈ ਲਏ ਹੁਣ ਉਹ ਸਰਬਸੰਮਤੀ 'ਚ ਗਿਣਿਆ ਜਾਊਗਾ ਜੀ। ਢਿੱਲ ਸਾਹਿਬ, ਪੰਚਾਇਤੀ ਚੋਣਾਂ ਦੇ ਚੱਲਦਿਆਂ ਮਾਰ ਧਾੜ ਦੇ ਬੜੇ ਕਿੱਸੇ ਸੁਣਨ ਨੂੰ ਮਿਲ ਰਹੇ ਨੇ, ਫਾਇਰਿੰਗ ਬੜੀ ਆਮ ਗੱਲ ਹੋ ਗਈ ਹੈ ਕਿ ਗੋਲੀਬਾਰੀ ਚਲਾਈ ਜਾ ਰਹੀ ਹੈ। ਹਰਦੌੜਵਾਲ ਕਲਾਂ ਦੀ ਜੇ ਗੱਲ ਕਰੀਏ, 2 ਕਰੋੜ ਦੀ ਜਿੱਥੇ ਬੋਲੀ ਲੱਗੀ ਸੀ ਉਸ ਪਿੰਡ 'ਚ ਵੀ ਕਹਿੰਦੇ ਫਾਇਰਿੰਗ ਹੋਈ। ਸੋ ਇਸੇ ਦੇ ਹੀ ਚੱਲਦਿਆਂ ਪੰਜਾਬ ਪੁਲਿਸ ਨੇ ਸਖ਼ਤ ਹੁਕਮ ਦੇ ਦਿੱਤੇ ਨੇ, ਕਹਿੰਦੇ ਅਸਲਾ ਜਮ੍ਹਾਂ ਕਰਵਾ ਦਿਉ। ਸੋ ਜਿਨ੍ਹਾਂ ਦੇ ਕੋਲ ਵੀ ਲਾਇਸੈਂਸੀ ਅਸਲਾ ਪਿਆ ਹੈ ਉਹਨਾਂ ਨੂੰ ਕਿਹਾ ਗਿਆ ਕਿ ਪੰਚਾਇਤੀ ਚੋਣਾਂ ਤੱਕ ਅਸਲਾ ਜਮ੍ਹਾਂ ਕਰਾ ਦਿਉ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਜੀ। ਪਰ ਜੇ ਲਾਇਸੈਂਸ ਵਾਲਾ ਕੋਈ ਲੈ ਕੇ ਨਾ ਜਾਵੇ, ਤੋਪੜਾ ਚੱਕ ਕੇ ਤੁਰ ਜੇ, ਉਹਦਾ ਕੀ ਕਰੋਗੇ ਜੀ? ਚੰਡੀਗੜ੍ਹ ਦੀ ਇੱਕ ਵਕੀਲ ਬੀਬੀ ਨੇ ਕੇਸ ਪਾਇਆ ਸੀ, ਉਦੋਂ ਹਾਈ ਕੋਰਟ ਨੇ ਸ਼ਾਇਦ ਇਹ ਆਦੇਸ਼ ਦਿੱਤੇ ਸੀ ਕਿ ਅਸਲਾ ਜਮ੍ਹਾਂ ਕਰਾਉਣਾ ਕੋਈ ਮਤਲਬ ਗਲਤ ਹੈ, ਜੇ ਤੁਸੀਂ ਕੋਲੋਂ ਰੱਖਦੇ ਹੋ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈਗਾ, ਉਹ ਸ਼ਰਤ ਇਹ ਹੈ ਉਹਦੀ ਦੁਰਵਰਤੋਂ ਨਾ ਹੋਵੇ ਜੀ। ਤਪੇ ਦਾ ਇੱਕ DSP ਹੈ ਗੁਰਵਿੰਦਰ ਸਿੰਘ, ਉਹ ਕਹਿੰਦੇ ਕਿ ਸ਼ਾਂਤੀ ਢੰਗ ਰੱਖਣ ਵਾਸਤੇ ਜ਼ਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਨੇ, ਉਹਦੇ ਕਰਕੇ ਅਸਲਾ ਲੋਕਾਂ ਤੋਂ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਨੇ ਨਹੀਂ ਕਰਾਇਆ ਉਹ ਜਮ੍ਹਾਂ ਕਰਾ ਦੇਣ ਜੀ। ਇਹਦੇ ਉੱਤੇ ਵੀ ਕੰਟਰੋਵਰਸੀਆਂ ਨੇ, ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਢਾਣੀਆਂ 'ਚ ਰਹਿੰਦੇ ਨੇ, ਆਹ ਜਿਹੜਾ ਮੁਕਤਸਰ ਵਾਲਾ ਪਰਲਾ ਇਲਾਕਾ ਇਹ ਢਾਣੀ ਕਹਿੰਦੇ ਆ, ਜਿਹੜਾ ਹਰਿਆਣੇ ਦੇ ਨਾਲ ਲੱਗਦਾ ਹੈ, ਜਿਹੜਾ ਬਠਿੰਡੇ ਵਾਲਾ ਇਹ ਕੋਠੇ ਕਹਿੰਦੇ ਆ ਜੀ। ਸੋ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੇ ਜਿਹੜੇ ਢਾਣੀਆਂ 'ਚ ਰਹਿੰਦੇ ਆ ਉਹ ਸਪੈਸ਼ਲ ਜਾ ਕੇ DC ਨੂੰ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਅਸੀਂ ਰਹਿੰਦੇ ਹਾਂ ਢਾਣੀਆਂ 'ਚ, 3-4 ਘਰ ਹੈ, ਪਿੰਡ 'ਚ ਤਾਂ ਘਰਾਂ ਦਾ ਸਮੂਹ ਹੁੰਦਾ ਜੀ, ਜੇ ਕੋਈ ਘਟਨਾ ਵਾਪਰ ਜੇ ਤਾਂ ਬਹੁਤ
ਨੁਕਸਾਨ ਹੋ ਜਾਂਦਾ ਹੈ ਅਤੇ ਅਸੀਂ ਲੋਕ ਇਹਨਾਂ ਨੂੰ ਆਗਿਆ ਦਿੱਤੀ ਜਾਵੇ ਕਿਉਂਕਿ ਸੈਲਫ ਪ੍ਰੋਟੈਕਸ਼ਨ ਸਵੈ ਰੱਖਿਆ ਕਰਨੀ ਹੁੰਦੀ ਹੈ। ਪਰ ਇਹਨਾਂ ਨੇ ਕਿਹਾ ਕਿ ਜਿਹੜਾ ਅਣਸੁਕਾਮੀ ਘਟਨਾ ਤੋਂ ਰੋਕਣ ਲਈ ਤੁਸੀਂ ਅਸਲਾ ਜਮ੍ਹਾਂ ਕਰਾ ਆਇਓ, 15 ਤਰੀਕ ਤੋਂ ਬਾਅਦ ਫਿਰ ਭਾਵੇਂ ਆਪਦਾ ਵਾਪਸ ਲੈ ਜਿਓ। ਜੇ ਔਖੇ ਸਮੇਂ ਅਸਲਾ ਉਹਦੇ ਕੰਮ ਹੀ ਨਾ ਆਇਆ ਫਿਰ ਊਂ ਤੋਫੜੇ ਚੱਕਣ ਦਾ ਕੀ ਫਾਇਦਾ ਜੀ? ਸਖਤੀ ਇਸ ਗੱਲ ਦੀ ਕਹੋ, ਜਿਸ ਬੰਦੇ ਨੇ ਇਹਦੀ ਨਜਾਇਜ਼ ਵਰਤੋਂ ਕਰਤੀ ਉਹਦਾ ਰਹਿੰਦੇ ਸਮੇਂ ਲਈ ਅਸਲਾ ਲਾਇਸੈਂਸ ਰੱਦ, ਉਹ ਦੁਬਾਰਾ ਉਹਦੇ ਨਾਂ 'ਤੇ ਬਣ ਹੀ ਨਹੀਂ ਸਕੇਗਾ ਜੀ। ਸੋ ਇਹ ਚੀਜ਼ਾਂ ਨੇ, ਬਲਕਿ ਇਹ ਕਹੇ ਉਹਦੇ ਘਰ ਦੇ ਕਿਸੇ ਜੀ ਦੇ ਨਾਂ 'ਤੇ ਨਹੀਂ ਬਣ ਸਕੇਗਾ। ਸੋ ਇਸ ਕਰਕੇ ਇਹ ਜ਼ਿਲ੍ਹਾ ਮੈਜਿਸਟਰੇਟ ਇਹਦੇ ਆਰਡਰ ਕਰਦੇ ਆ, ਪਰ ਹਾਈਕੋਰਟ ਵੱਲੋਂ ਇਸ ਤਰ੍ਹਾਂ ਦਾ ਹੁਕਮ ਵੀ ਆਇਆ ਸੀ ਜੀ। ਢਿੱਲੋਂ ਸਾਹਿਬ, ਕੱਲ੍ਹ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਜਿਹੜੇ ਵੀ ਉਮੀਦਵਾਰ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ, ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ। ਕੱਲ੍ਹ ਨਤੀਜੇ ਐਲਾਨੇ ਜਾਣੇ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ ਵਾਸਤੇ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ। ਸੋ ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਪੂਰਾ ਲੱਗਾ ਹੋਇਆ ਜੀ। ਦੇਖੋ ਸਿਮਰਨ, ਇਹ ਦੋਹੇ ਥਾਵਾਂ ਦੇ ਉੱਤੇ 90-90 ਸੀਟਾਂ ਨੇ ਵਿਧਾਨ ਸਭਾ ਦੀਆਂ। ਉੱਥੇ ਜਿਹੜੀ ਆ 5 ਤਰੀਕ ਨੂੰ ਬੰਦ ਹੋ ਗਈ ਕਿਸਮਤ ਉਹਨਾਂ ਦੀ ਬਿਜਲਈ ਮਸ਼ੀਨਾਂ ਦੇ ਵਿੱਚ। ਇੱਕ ਤਾਂ ਸੱਟੇ ਬਹੁਤ ਲੱਗ ਰਹੇ ਆ, ਇੱਕ ਸਾਰਿਆਂ ਨੇ ਐਗਜਿਟ ਪੋਲ ਦੇਈ ਜਾਂਦੇ ਆ, ਕਹਿੰਦੇ ਕੀ ਹੈ ਫਲਾਨੀ ਪਾਰਟੀ ਨੂੰ 15 ਤੋਂ ਲੈ ਕੇ 30 ਦੇ ਵਿੱਚ, ਕਿੱਥੇ 30 ਕਿੱਥੇ 15। ਇਹ ਤਾਂ ਕਹਿ ਦੇਣ ਕਿ 15-16 ਆ ਸਕਦੀਆਂ ਨੇ ਜੀ, ਜਾਂ 28-30 ਆ ਸਕਦੀਆਂ ਨੇ, 15 ਤੇ 30। ਸੱਟਾ ਬਾਜ਼ਾਰ ਆਪਣੀ ਗੱਲ ਦੱਸੀ ਜਾਂਦਾ, ਆਹ ਜਿਹੜੇ ਬਾਬੇ ਇਕੱਠੇ ਹੋਏ ਆ ਇਹ ਆਪਦੀ ਦੱਸੀ ਜਾਂਦੇ ਆ, ਅਤੇ ਜੋਤਸ਼ੀਆਂ ਨੇ ਵੀ ਪੂਰਾ ਮੰਘਾਇਆ ਹੋਇਆ ਕੰਮ, ਉਹ ਵੀ ਵੱਡੀ ਮਾਲਾ ਪਾ ਕੇ ਅਤੇ ਤਿਲਕ ਤੁਲਕ ਵਾਹਵਾ ਲਾ ਕੇ ਉਹ ਵੀ ਦੱਸੀ ਜਾਂਦੇ ਆ। ਇਹਦੇ ਵਿੱਚ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਤੁਸੀਂ ਕਹਿ ਸਕਦੇ ਹੋ ਕਿ ਦਿਲਾਂ ਦੀਆਂ ਧੜਕਣਾਂ ਬਹੁਤ ਤੇਜ਼ ਨੇ ਜੀ। ਅੱਡੀ ਨਹੀਂ ਲੱਗਦੀ ਕਈਆਂ ਦੀ ਫਿਕਰ 'ਚ, ਕਈਆਂ ਦੀ ਖੁਸ਼ੀ 'ਚ। ਸੋ ਆਪੋ ਆਪਣੀਆਂ ਕਿਆਸ ਰਹੀਆਂ ਨੇ, ਹਰਿਆਣਾ ਜਾਂ ਜੰਮੂ ਕਸ਼ਮੀਰ ਦੇ ਲੋਕਾਂ ਨੇ ਕੀਤਾ ਕੀ ਹੈ ਜੀ। ਕੱਲ੍ਹ ਫਿਰ 10 ਵਜੇ ਤੋਂ ਬਾਅਦ ਲੱਗ ਜੂ, ਅਤੇ ਕਈਆਂ ਦੇ ਤਾਂ ਫਿਰ ਭੰਗੜੇ ਦੇ ਢੋਲ ਵੱਜ ਜਾਣਗੇ, ਕਈਆਂ ਨੂੰ ਕੋਈ ਸ਼ਹਿਨਾਈ ਵਜਾਉਣ ਵਾਲਾ ਵੀ ਨਹੀਂ ਮਿਲਦਾ ਜੀ। ਉਹ ਮੇਰੇ ਵਰਗਿਆਂ ਨੂੰ ਦਲਾਸਾ ਵੀ ਨਹੀਂ। ਅੱਛਾ, ਜਿਹੜੇ ਮੇਰੇ ਵਰਗੇ ਵਿੱਚ ਵਿਚਾਲੇ ਜੇ ਹੁੰਦੇ ਆ ਨਾ, ਜਦੋਂ ਉਹਨਾਂ ਨੇ ਦੇਖਿਆ ਵੀ ਵੱਜ ਗਏ ਢੋਲ ਫਲਾਨੇ ਦੇ ਹੱਕ 'ਚ, ਉਹ ਬਾਈ ਆਪਾਂ ਤਾਂ ਤੇਰੇ ਨਾਲ ਜਵਾਂਦਰੂ ਆਏ, ਭਾਵੇਂ ਇੱਕ ਦਿਨ ਨਾ ਗਿਆ ਹੋਵੇ ਉਹਦੀ ਕੰਪੇਨ ਦੇ ਵਿੱਚ ਜੀ, ਅਤੇ ਜੇ ਕਿਤੇ ਤਾਹਾਂ ਚੜ੍ਹਾ ਕੇ ਅਖੀਰ 'ਤੇ ਜਾ ਕੇ ਥੱਲੇ ਡਿੱਗ ਪਏ ਵੀ ਬੰਦਾ ਤਾਂ ਹਾਰ ਗਿਆ 50 ਵੋਟਾਂ 'ਤੇ, ਅਤੇ ਫਿਰ ਨਾ ਇਧਰ ਕੇ ਨਾ ਉਧਰ ਕੇ, ਕਿਉਂਕਿ ਉੱਧਰ ਫੜ ਮਾਰਿਆ ਦੀ ਅਤੇ ਰਿਜ਼ਲਟ ਹੋਰ ਆ ਗਿਆ ਜੀ, ਅਤੇ ਕਿੱਧਰ ਜਾਣ। ਸੋ ਇਹ ਜਿਹੜੀਆਂ ਧੜਕਣਾਂ ਵਧੀਆ ਪਈਆਂ ਨੇ, ਇਹ ਕੱਲ੍ਹ 10-11 ਵਜੇ ਤੱਕ ਸਵੇਰੇ ਇਹਨਾਂ ਨੇ ਆਪੋ ਆਪਣੇ ਇਸ਼ਟ ਨੂੰ, ਧਰਮ ਨੂੰ ਇਹਨਾਂ ਨੇ ਧਿਆ ਕੇ ਮੱਥਾ ਮੁੱਥਾ ਟੇਕ ਕੇ, ਅਤੇ ਫਿਰ ਇਹ ਕੱਲ੍ਹ ਚੋਣਾਂ ਦੀਆਂ ਗਿਣਤੀ ਵਿੱਚ ਜਾਣਗੇ ਜੀ। ਢਿੱਲੋਂ ਸਾਹਿਬ, ਇੱਕ ਪਾਸੇ ਕੱਲ੍ਹ ਨਤੀਜੇ ਆਉਣੇ ਨੇ ਅਤੇ ਉਸ ਤੋਂ ਪਹਿਲਾਂ ਦਪਿੰਦਰ ਹੁੱਡਾ ਹਰਾਂ ਦਾ ਬਿਆਨ ਆ ਗਿਆ, ਮੁੜ ਤੋਂ ਭਾਜਪਾ ਨੂੰ ਨਿਸ਼ਾਨੇ 'ਤੇ ਉਹਨਾਂ ਨੇ ਲਿਆ, ਕਹਿੰਦੇ ਕਿ ਭਾਜਪਾ ਬੜੇ ਹੀ ਕੌਨਫੀਡੈਂਸ ਦੇ ਨਾਲ ਝੂਠ ਬੋਲਦੀ ਹੈ ਜੀ। ਅਸਲ ਦੇ ਵਿੱਚ ਕੱਲ੍ਹ ਇੱਕ ਬਿਆਨ ਦਿੱਤਾ ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ,
ਉਹ ਕਹਿੰਦੇ ਜੀ ਭਾਜਪਾ ਤੀਜੀ ਵਾਰ ਬਣਾ ਰਹੀ ਹੈ ਜੀ। ਜਿਹੜੇ ਐਗਜ਼ਿਟ ਪੋਲ ਨੇ ਉਹਨਾਂ ਦੇ ਵਿੱਚ ਅੰਤਰ ਬਹੁਤ ਜ਼ਿਆਦਾ ਹੈ। ਉਹ ਕਹਿੰਦੇ ਜੀ ਤੁਸੀਂ ਵੇਖ ਲਿਓ ਅਤੇ ਜਾਂ ਸਾਨੂੰ ਕਰਨਾ ਆਉਂਦਾ ਹੈ। ਇਹਦੇ ਦੋ ਮਾਣੇ ਲਏ ਜਾ ਸਕਦੇ ਆ। ਪਹਿਲਾ ਤਾਂ ਇਹ ਕਿ ਇਹਨਾਂ ਨੇ ਅੰਦਰ ਖਾਤੇ ਮਸ਼ੀਨਾਂ ਨਾਲ ਕੋਈ ਸੈਟਿੰਗ ਕੋਈ ਗੋਰਖ ਧੰਦਾ ਤਾਂ ਨਹੀਂ ਕੀਤਾ ਵਾ ਜੀ, ਜਿਹੜਾ ਇੰਨੇ ਆਤਮ ਵਿਸ਼ਵਾਸ ਦੇ ਨਾਲ ਉਹ ਕਹਿੰਦੇ ਆ। ਅਤੇ ਉਹਦੇ ਜਵਾਬ ਦੇ ਵਿੱਚ ਦੁਪਿੰਦਰ ਹੁੱਡਾ ਨੇ ਕਿਹਾ ਕਿ ਜੀ ਅਸੀਂ ਮਿਹਨਤ ਕੀਤੀ ਹੈ, ਲੋਕਾਂ 'ਚ ਗਏ, ਲੋਕਾਂ ਦੀ ਗੱਲ ਚੱਕੀ। ਕਹਿੰਦੇ ਭਾਜਪਾ ਵਾਲੇ ਐਸੇ ਮਾਹਰ ਨੇ ਕਿ ਜੇ ਝੂਠ ਬੋਲਦੇ ਨਾ, ਇੰਨੇ ਕੁ ਆਤਮ ਵਿਸ਼ਵਾਸ ਨਾਲ ਬੋਲਦੇ ਹੈ, ਉਹ ਝੂਠ ਵੀ ਸੱਚ ਨਜ਼ਰ ਆਉਣ ਲੱਗ ਜਾਂਦਾ ਹੈ। ਜਿਵੇਂ ਉਦਾਹਰਨ ਕਹਿੰਦੇ ਇੱਕ ਬਾਪੂ ਨੇ ਆਪਦਾ ਬੱਚਾ ਪਰਖਿਆ ਵੀ ਇਹ ਕੁਛ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ ਜੀ। ਉਹਨੇ ਇੱਕ ਮੇਮਨਾ ਦਿੱਤਾ ਬੱਕਰੀ ਦਾ ਛੋਟਾ ਬੱਚਾ ਕਿ ਜਾ ਵੇਚਿਆ। ਪਹਿਲਾ ਠੱਗ ਮਿਲਿਆ, ਕਹਿੰਦਾ ਉਹ ਕੁੱਤਾ ਕਿੱਧਰ ਚੱਕਿਆ, ਕਹਿੰਦਾ ਮੇਮਨਾ ਹੈ। ਠੱਗ ਚਾਰ ਪੰਜ ਸਾਂਝੇ ਸੀ, ਅੱਗੇ ਬੜਾ ਜਿਹਾ ਗਾਹਾਂ ਗਿਆ, ਉਹ ਕਹਿੰਦਾ ਉਹ ਕੁੱਤਾ ਕਿੱਧਰ ਚੱਕੀ ਜਾਣਾ, ਕਹਿੰਦਾ ਤੈਨੂੰ ਨਹੀਂ ਦਿਖਦਾ ਮੇਮਨਾ, ਕਹਿੰਦਾ ਕੁੱਤਾ ਹੈ। ਉਹ ਜਦੋਂ ਪੰਜਵੇਂ ਨੇ ਕਿਹਾ, ਉਹ ਕੁੱਤਾ ਛੱਡ ਕੇ ਆ ਕੇ ਘਰੇ ਬਾਪੂ ਦੇ ਗੱਲ ਪੈ ਗਿਆ, ਕਹਿੰਦਾ ਮੇਰੀ ਬੇਇੱਜ਼ਤੀ ਕਰਾਉਣ ਭੇਜਣਾ ਸੀ, ਤੂੰ ਕੁੱਤਾ ਦੇ ਕੇ ਮੈਨੂੰ ਮੇਮਨਾ ਕਹਿ ਕੇ ਵੇਚਣ ਭੇਜਤਾ। ਅਤੇ ਬਾਪੂ ਨੂੰ ਪਤਾ ਲੱਗ ਗਿਆ ਵੀ ਇਹ ਕਿੰਨੇ ਕੁ ਰੰਗ ਲਾਊਗਾ ਵਪਾਰ ਦੇ ਵਿੱਚ, ਕਿ ਜਿਹਦੇ ਕੋਲ ਕੌਨਫੀਡੈਂਸ ਹੀ ਨਹੀਂ। ਪਰ ਕਈ ਬੰਦੇ ਇੰਨੇ ਕੌਨਫੀਡੈਂਸ ਨਾਲ ਗੱਲ ਕਹਿੰਦੇ ਹੈ, ਉਹ ਸੱਚੀ ਗੱਲ ਝੂਠੀ ਗੱਲ ਨੂੰ ਵੀ ਸੱਚ ਦਾ ਰੂਪ ਦਿਖਾ ਦਿੰਦੇ ਜੀ। ਚਲੋ ਸਾਹਿਬ, ਪ੍ਰੋਗਰਾਮ ਦਾ ਸਮਾਂ ਹੋ ਗਿਆ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਥੇ ਆ ਕੇ ਹਾਜ਼ਰ ਹੋਣ ਵਾਸਤੇ ਅਤੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਵੱਡੀਆਂ ਖਬਰਾਂ ਲੈ ਕੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।